ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਸਾਡੇ ਨਗਰ ਬੜਾਪਿੰਡ ਵਿਖੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਸ ਖਬਰ ਦਾ ਪਤਾ ਲੱਗਾ ਕਿ ਮੇਰੇ ਛੋਟੇ ਵੀਰ ਗੁਰਲਾਟ ਸਿੰਘ ਲਾਡਾ ਸਹੋਤਾ ਨੂੰ ਅੰਟਾਰੀਓ ਕਬੱਡੀ ਫੈਡਰੇਸ਼ਨ ਕੈਨੇਡਾ ਦਾ ਪ੍ਰਧਾਨ ਚੁਣਿਆ ਗਿਆ। ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਨਗਰ ਦੇ ਲਈ ਔਰ ਸਾਡੇ ਇਲਾਕੇ ਦੇ ਲਈ ਕਿ ਐਡਾ ਵੱਡਾ ਉਸ ਨੌਜਵਾਨ ਨੂੰ ਅਹੁਦਾ ਦਿੱਤਾ ਗਿਆ। ਔਰ ਮੈਂ ਇਹ ਵਰਲਡ ਕੱਪ ਕਬੱਡੀ ਕੱਪ ਦੇ ਉੱਥੇ ਗਿਆ ਸੀ, ਉੱਥੇ ਵੀ ਇਹਨਾਂ ਮੇਰੇ ਵੀਰਾਂ ਨੇ ਮੈਨੂੰ ਬਹੁਤ ਹੀ ਮਾਣ ਸਤਿਕਾਰ ਦਿੱਤਾ ਔਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਮੈਂ ਆਪਣੇ ਨਗਰ ਵੱਲੋਂ, ਆਪਣੀ ਕਲੱਬ ਵੱਲੋਂ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਸ ਫੈਡਰੇਸ਼ਨ ਨੂੰ, ਇਸ ਨੌਜਵਾਨ ਨੂੰ ਵੱਧ ਤੋਂ ਵੱਧ ਹੋਰ ਖੁਸ਼ੀਆਂ ਭਰਿਆ ਸਮਾਂ ਬਖਸ਼ੇ ਤਾਂ ਜੋ ਕਿ ਇਹ ਕਬੱਡੀ ਪਲੇਅਰਾਂ ਦੀ ਫੈਡਰੇਸ਼ਨ ਦੀ ਹੋਰ ਵੀ ਵੱਡੀ ਸੇਵਾ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।